ਜਿਨ੍ਹਾਂ ਦੀ ਹੈ ਨਾ ਜੀਭ ਲਪਰ ਲਪਰ ਕਰਦੀ ਹੈ ਗੋਲ ਗੱਪਿਆਂ ਦਾ ਸਪਾਈਸੀ ਖੱਟਾ ਮਿੱਠਾ ਪਾਣੀ ਦੇ ਕੇ, ਅੱਜ ਉਹ ਵਾਲਾ ਘਰ ਹੀ ਬਣਾਉਂਦੇ ਹਾਂ ਆਪਾਂ। ਇਹਦੇ ਲਈ ਆਪਾਂ 1 ਕੱਪ ਧਨੀਆ ਅਤੇ 1 ਕੱਪ ਪੁਦੀਨਾ ਅਤੇ ਥੋੜ੍ਹਾ ਜਿਹਾ ਅਦਰਕ ਅਤੇ 3 ਹਰੀਆਂ ਮਿਰਚਾਂ ਥੋੜ੍ਹਾ ਜਿਹਾ ਮਸ਼ੀਨ ਵਿੱਚ ਪਾਣੀ ਪਾ ਕੇ ਸਾਰੇ ਸਮਾਨ ਨੂੰ ਅਤੇ ਮਸ਼ੀਨ ਦੇ ਵਿੱਚ ਪਾ ਦਿਉ। ਇਹਨੂੰ ਕਰੋ ਬੰਦ, ਮਸ਼ੀਨ ਵਿੱਚ ਰੱਖ ਕੇ ਆਪਾਂ ਭੂਤ ਨਹੀਂ ਘੁਮਾ ਦੇ। ਕਿਸੇ ਭਾਂਡੇ ਦੇ ਵਿੱਚ ਆਪਣੇ ਟੱਬਰ ਦੇ ਹਿਸਾਬ ਨਾਲ ਪਾਣੀ ਲੈ ਕੇ ਹੈ ਨਾ, ਫਿਰ ਇਹਦੇ ਵਿੱਚ ਪਾ ਦਿਉ ਆਹ ਵਾਲਾ ਮਸਾਲਾ। ਇਹਨਾਂ ਦਾ ਚੰਗੀ ਤਰ੍ਹਾਂ ਪਿਚਕੂ ਕੱਟ ਕੇ ਨਾ ਇਹਦੇ ਵਿੱਚ ਪਾਓ, ਇਹਦੇ ਵਿੱਚ ਭੁੱਜਿਆ ਹੋਇਆ ਜੀਰਾ, ਥੋੜ੍ਹੀ ਜਿਹੀ ਸੁੱਟੋ ਇਹਦੇ ਵਿੱਚ ਹਿੰਗ, ਥੋੜ੍ਹੀ ਜਿਹੀ ਪਾਓ ਇਹਦੇ ਵਿੱਚ ਇਮਲੀ ਦੀ ਸੌਸ, ਥੋੜ੍ਹਾ ਜਿਹਾ ਪਾਓ ਚਿੱਲੀ ਫਲੈਕਸ ਇਹਦੇ ਵਿੱਚ, ਫਿਰ ਇਹਦੇ ਉੱਤੇ ਪਾਓ ਚਾਟ ਮਸਾਲਾ, ਥੋੜ੍ਹਾ ਜਿਹਾ ਪਾਓ ਇਹਦੇ ਵਿੱਚ ਆਮਚੂਰ ਪਾਊਡਰ, ਫਿਰ ਇਹਦਾ ਪਿਚਕੂ ਕੱਢ ਕੇ ਨਾ ਲਾਈਮ ਜੂਸ ਦਾ ਇਹਦੇ ਵਿੱਚ, ਥੋੜ੍ਹਾ ਜਿਹਾ ਸੁੱਟੋ ਇਹਦੇ ਵਿੱਚ ਲੂਣ, 2 ਚਮਚੇ ਪਾਓ ਇਹਦੇ ਵਿੱਚ ਖੰਡ ਦੇ, ਚੰਗੀ ਤਰ੍ਹਾਂ ਝੰਬੀ ਲਾ ਦਿਓ, ਅਤੇ ਪਾਓ ਥੋੜ੍ਹੀ ਜਿਹੀ ਖੱਟੇ ਵਾਲੀ ਬੂੰਦੀ। ਬਾਕੀ ਕੰਮ ਛੱਡੋ, ਬਣਾ ਕੇ ਟਰਾਈ ਕਰਕੇ ਦੇਖੋ।